ਤੁਸੀਂ ਵੇਖ ਰਹੇ ਹੋ ਤਹਿਲਕਾ ਪੰਜਾਬ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਪੂਰੇ ਪੰਜਾਬ ਦੇ ਅੰਦਰ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਸ ਹੈਲਪਰ ਅਤੇ ਹੋਰ ਜਥੇਬੰਦੀਆਂ ਦੇ ਸੱਦੇ ਉੱਤੇ ਆਂਗਨਵਾੜੀ ਮੁਲਾਜ਼ਮਾਂ ਯੂਨੀਅਨ ਦੇ ਰੋਸ ਪ੍ਰਦਰਸ਼ਨ ਕੀਤਾ ਅਤੇ ਵਰਕਰਾਂ ਨੇ ਝੰਡੇ ਅਤੇ ਮਾਟੋ ਲੈ ਕੇ ਸਰਕਾਰ ਦੇ ਵਿੱਚ ਨਾਅਰੇਬਾਜ਼ੀ ਕੀਤੀ, ਜਿਸ ਦੇ ਨਾਲ ਕਿ ਨਾਅਰਿਆਂ ਦੇ ਨਾਲ ਪੂਰਾ ਆਕਾਸ਼ ਗੂੰਜ ਉੱਠਿਆ। ਉੱਥੇ ਪੰਜਾਬ ਦੀਆਂ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਨੇ ਆਪਣੇ ਰਾਹੀਂ ਇੱਕ ਮੰਗ ਪੱਤਰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਂ 'ਤੇ ਮੰਗ ਪੱਤਰ ਦਿੱਤਾ ਅਤੇ ਸਰਕਾਰ ਨੂੰ ਜਾਣੂ ਕਰਾਇਆ ਕਿ ਉਹ ਉਹਨਾਂ ਦੀਆਂ ਪਿਛਲੀਆਂ ਭੜਕਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ, ਨਹੀਂ ਤਾਂ ਉਹ ਇਸ ਤੋਂ ਵੀ ਵੱਧ ਚੜ ਕੇ ਕੋਈ ਸੰਘਰਸ਼ ਕਰਨਗੇ। ਮੰਗਾਂ ਤੋਂ ਆਰ ਡੀ ਰਾਮਾ ਦੀ ਵਿਸ਼ੇਸ਼ ਰਿਪੋਰਟ। ਬਲਾਕ ਬੰਗਾ ਤੋਂ ਨਿਰਮਲ ਕੌਰ ਬੋਲਦੀ ਹਾਂ। ਅਸੀਂ ਅੱਜ ਸੀ ਡੀ ਪੀ ਓ ਦਫ਼ਤਰ ਬੰਗਾ ਆਪਣਾ ਮੰਗ ਪੱਤਰ ਦਿੱਤਾ। ਮੰਗ ਪੱਤਰ ਇਹ ਦੇਣਾ ਸੀਗਾ, 3 ਤੋਂ 6 ਸਾਲ ਦੇ ਬੱਚੇ ਜਿਹੜੇ ਸਾਡੀ ਸਰਕਾਰ ਨੇ ਲੈ ਕੇ ਪ੍ਰਾਇਮਰੀ ਸਕੂਲ ਨੂੰ ਦਿੱਤੇ ਹੋਏ ਆ, ਉਹ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਕਿ ਸਾਡੇ ਜਿਹੜੇ 3 ਤੋਂ 6 ਸਾਲ ਦੇ ਬੱਚੇ ਆ ਉਹ ਸਾਡੇ ਆਂਗਣਵਾੜੀ ਵਰਕਰ ਆਂਗਣਵਾੜੀਆਂ 'ਚ ਦਿੱਤੇ ਜਾਣ, ਕਿਉਂਕਿ ਜਿਹੜੇ 3 ਤੋਂ 6 ਸਾਲ ਦੇ ਬੱਚੇ ਇਹ ਸਾਡੇ ਆਂਗਣਵਾੜੀ ਦਾ ਸ਼ਿੰਗਾਰ ਆ। ਇਹਨਾਂ ਬੱਚਿਆਂ ਨੂੰ ਸਾਨੂੰ ਸਾਡੇ ਜਿਹੜੇ ਪ੍ਰੀ ਨਰਸਰੀਜ਼ ਕਲਾਸਾਂ ਆ ਉਹ ਵੀ ਸਾਡੇ ਆਂਗਣਵਾੜੀ ਸੈਂਟਰਾਂ 'ਚ ਲੱਗਣੀਆਂ ਚਾਹੀਦੀਆਂ ਆ, ਕਿਉਂਕਿ 21-2017 ਨੂੰ ਜਦੋਂ ਕਿ ਇਹਨਾਂ ਨੇ ਸੰਘਰਸ਼ ਕੀਤਾ ਸੀਗਾ, ਜਦੋਂ ਕੈਬਨਿਟ ਮੰਤਰੀ ਨੇ ਸਾਡੇ ਬੱਚਿਆਂ ਦਾ ਐਲਾਨ ਕਰ ਦਿੱਤਾ ਸੀਗਾ ਵੀ ਇਹ ਪ੍ਰਾਇਮਰੀ ਸਕੂਲ ਦੇ ਵਿੱਚ ਕਲਾਸਾਂ ਲੱਗਣਗੀਆਂ, ਅਤੇ 26-11-2017 ਨੂੰ ਸਾਡੇ ਕੈਬਨਿਟ ਮੰਤਰੀ ਨੇ ਫਿਰ ਇਹ ਕਿਹਾ ਸੀਗਾ ਵੀ ਜਿਹੜੇ ਕਲਾਸਾਂ ਜਿਹੜੀਆਂ ਆ ਨਰਸਰੀ ਦੀਆਂ ਇਹ ਆਂਗਣਵਾੜੀਆਂ 'ਚ ਲੱਗਣਗੀਆਂ, ਪਰ ਸਾਡੀ ਕਿਸੇ ਨੇ ਸੁਣੀ ਨਹੀਂ ਗੀ, ਨਾ ਹੀ ਉਹ ਬੱਚੇ ਸਾਡੇ ਆਂਗਣਵਾੜੀ 'ਚ ਆਏ 3 ਤੋਂ 6 ਸਾਲ ਦੇ, ਕਿ ਨਾ ਹੀ ਕਲਾਸਾਂ ਲੱਗੀਆਂ ਆ। ਇਸ ਕਰਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਆ, ਕਿਉਂਕਿ 2017 ਤੋਂ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਆ, ਸਾਡੇ ਸੰਘਰਸ਼ ਕਰਦਿਆਂ ਅਤੇ ਸਾਡੀਆਂ ਜਿਹੜੀਆਂ ਮੋਹਤਵਾਰ ਬੀਬੀਆਂ ਆ ਪ੍ਰਧਾਨਾਂ ਆ ਉਹਨਾਂ 'ਤੇ ਉਹਨਾਂ ਨੇ ਡਾਂਗਾਂ ਵੀ ਖਾਧੀਆਂ, ਪਾਣੀ ਦੀਆਂ ਪਿਸ਼ਾਰਾਂ ਵੀ ਚੱਲੀਆਂ ਆ, ਜੇਲ੍ਹਾਂ ਵਿੱਚ ਵੀ ਗਈਆਂ, ਪਰਚੇ ਵੀ ਦਰਜ ਹੋਏ ਵਾ, ਪਰ ਜਿਹੜਾ ਉਹਨਾਂ ਸੰਘਰਸ਼ ਕਰਨਾ ਨਹੀਂ ਛੱਡਿਆ, ਉਹ ਸੰਘਰਸ਼ ਕਰਦੀਆਂ। ਇਸ ਕਰਕੇ ਵੀ ਸਾਨੂੰ ਜਿਹੜੇ 3 ਤੋਂ 6 ਸਾਲ ਦੇ ਬੱਚੇ ਆ ਸਾਡੇ ਆਂਗਣਵਾੜੀਆਂ 'ਚ ਆਉਣੇ ਚਾਹੀਦੇ, ਇਹ ਸਾਡੀ ਆਂਗਣਵਾੜੀ ਦੇ ਸ਼ਿੰਗਾਰ ਆ, ਆਂਗਣਵਾੜੀ 3 ਤੋਂ 6 ਸਾਲ ਦੇ ਬੱਚੇ ਆਉਣੇ ਚਾਹੀਦੇ। ਹੋਰ ਤੁਹਾਡੀ ਮੇਨ ਮੰਗ ਕਿਹੜੀ ਆ ਜਿਹੜੀ ਤਨਖਾਹ ਬਾਰੇ ਤੁਹਾਡੀ ਗੱਲਬਾਤ ਚੱਲਦੀ? ਹਾਲੇ ਸਾਡੀ ਇਹੀ ਮੰਗ ਆ, ਪਹਿਲਾਂ 3 ਤੋਂ 6 ਸਾਲ ਦੇ ਬੱਚਿਆਂ ਦੀ ਆ, ਹੋਰ ਸਾਡੀ ਹਾਲੇ ਕੋਈ ਮੰਗ ਨਹੀਂ। ਸਿਰਫ ਅਸੀਂ ਇਸੇ ਕਰਕੇ ਹੁਣ ਜਿਹੜਾ ਸਾਡਾ ਧਰਨਾ ਸੰਗਰੂਰ ਵਿੱਚ ਲੱਗਾ ਆ, ਅੱਜ 117 ਦਿਨ ਹੋ ਗਏ ਆ ਧਰਨਾ ਲੱਗੇ ਨੂੰ, ਉਹ ਵੀ ਇਸੇ ਕਰਕੇ ਲੱਗਾ ਆ ਸਿੰਗਲੇ ਦੇ ਮੋਹਰੇ ਵੀ ਸਾਨੂੰ ਜਿਹੜੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਣਵਾੜੀਆਂ 'ਚ ਆਉਣੇ ਚਾਹੀਦੇ ਆ, ਸਾਡੀ ਹੋਰ ਮੰਗਣਗੇ। ਜੇ ਤਾਂ ਸਰਕਾਰ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਣਵਾੜੀਆਂ 'ਚ ਭੇਜ ਦੇਣਗੇ ਤਾਂ ਠੀਕ ਆ, ਨਹੀਂ ਤਾਂ ਫਿਰ ਸੰਘਰਸ਼ ਜਿਹੜਾ ਇਦੋਂ ਵੀ ਤੱਕ। ਮੈਂ ਪਰਮਜੀਤ ਕੌਰ, ਸੀ ਡੀ ਪੀ ਓ ਬੰਗਾ। ਮੈਨੂੰ ਅੱਜ ਆਂਗਣਵਾੜੀ ਵਰਕਰਾਂ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ, ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਆ ਉਹ ਉੱਚ ਅਧਿਕਾਰੀਆਂ ਤੱਕ ਮੇਰੇ ਵੱਲੋਂ ਭੇਜ ਦਿੱਤੀਆਂ ਜਾਣਗੀਆਂ। ਧੰਨਵਾਦ।